ਅੱਜ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਗਏ। ਪੰਜਾਬ ਕੈਬਨਿਟ ਨੇ 2014 ਵਿੱਚ ਇਰਾਕ ਦੇ ਮੌਸੂਲ ਸ਼ਹਿਰ ਵਿੱਚ ਮਾਰੇ ਗਏ 27 ਪੰਜਾਬੀਆਂ ਵਿੱਚੋਂ 8 ਦੇ ਪਰਿਵਾਰਕ ਮੈਂਬਰਾਂ ਨੂੰ 24 ਅਕਤੂਬਰ 2019 ਤੋਂ 10000 ਰੁਪਏ ਫੀ ਮਹੀਨਾ ਗੁਜ਼ਾਰਾ ਪੱਤਾ ਦੇਣ ਨੂੰ ਪ੍ਰਵਾਨਗੀ ਦਿੱਤੀ। ਇਹਨਾਂ 8 ਕੇਸਾਂ ਵਿੱਚੋਂ 7 ਕੇਸ ਅਜਿਹੇ ਨੇ ਜਿਨ੍ਹਾਂ ਵਿੱਚ ਗੁਜ਼ਾਰਾ ਪੱਤਾ ਦਾ ਲਾਭ ਮ੍ਰਿਤਕ ਲੜਕਿਆਂ ਦੇ ਮਾਪਿਆਂ ਨੂੰ ਮਿਲੇਗਾ ਜਦਕਿ ਇੱਕ ਮ੍ਰਿਤਕ ਦੀ ਪਤਨੀ ਨੂੰ ਇਹ ਲਾਭ ਮਿਲੇਗਾ ਜੋ ਤਰਸ ਦੇ ਆਧਾਰ 'ਤੇ ਨੌਕਰੀ ਲਈ ਯੋਗ ਨਹੀਂ ਸੀ। ਜ਼ਿਕਰ ਹੋਏ ਕਿ ਮੌਸੂਲ ਵਿੱਚ ਵਾਪਰੀ ਦਰਦਨਾਕ ਕਟਨਾ ਵਿੱਚ 39 ਭਾਰਤੀਆਂ ਨੂੰ ਅਗਵਾ ਕਰਨ ਮਗਰੋਂ ਆਈਐਸ ਆਈਐਸ ਵੱਲੋਂ ਮੌਤ ਦੇ ਕਾਟ ਉਤਾਰ ਦਿੱਤਾ ਗਿਆ ਸੀ। ਇਹਨਾਂ ਭਾਰਤੀਆਂ ਦੇ ਅਵਸ਼ੇਸ਼ ਖੁਦਾਈ ਤੋਂ ਬਾਅਦ ਬਰਾਮਦ ਕੀਤੇ ਗਏ ਤੇ ਡੀਐਨਏ ਟੈਸਟਾਂ ਦੇ ਆਧਾਰ 'ਤੇ ਇਹਨਾਂ ਨੂੰ ਭਾਰਤ ਲਿਆ ਕੇ ਪਰਿਵਾਰਾਂ ਦੇ سپرد ਕੀਤਾ ਗਿਆ। ਇਹਨਾਂ ਭਾਰਤੀਆਂ ਵਿੱਚੋਂ 27 ਪੰਜਾਬ ਤੋਂ ਸਨ ਜਿਨ੍ਹਾਂ ਦੇ ਅਵਸ਼ੇਸ਼ 3 ਅਪ੍ਰੈਲ 2018 ਨੂੰ ਪੰਜਾਬ ਪਹੁੰਚੇ ਸਨ। ਅੱਜ ਦੀ ਕੈਬਨਿਟ ਮੀਟਿੰਗ ਦੌਰਾਨ ਪੰਜਾਬ ਪੀੜਿਤ ਮੁਆਵਜ਼ਾ ਪਹਿਲੀ ਸੋਤ ਸਕੀਮ 2017 ਦੀ ਡਰਾਫਟ ਨੋਟੀਫਿਕੇਸ਼ਨ ਨੂੰ ਵੀ ਮਨਜ਼ੂਰੀ ਦਿੱਤੀ ਗਈ ਇਸ ਤਹਿਤ ਡਾਕਟਰੀ ਕੁਤਾਈ ਦੀ ਵਜ੍ਹਾ ਨਾਲ ਪੀੜਿਤ ਨੂੰ ਐਚ ਆਈ ਵੀ ਪੋਜ਼ਿਟਿਵ ਖੂਨ ਚੜਾਉਣ ਕਰਕੇ ਮੁਆਵਜ਼ੇ ਦੀ ਮਨਜ਼ੂਰੀ ਦਿੱਤੀ ਗਈ ਹੈ ਇਸ ਸਕੀਮ ਤਹਿਤ ਐਚ ਆਈ ਵੀ ਪੋਜ਼ਿਟਿਵ ਖੂਨ ਚੜਾਉਣ ਦੇ ਦੋਸ਼ੀ ਕੋਲੋਂ ਹੀ ਮੁਆਵਜ਼ੇ ਦੀ ਰਾਸ਼ੀ ਵਸੂਲ ਕੀਤੀ ਜਾਵੇਗੀ ਪੰਜਾਬ ਕੈਬਨਿਟ ਨੇ ਸੂਬੇ ਦੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਸੁਪਰ ਸਪੈਸ਼ੈलिटी ਡਾਕਟਰਾਂ ਦੀਆਂ ਖਾਲੀ ਪ੍ਰੋਮੋਸ਼ਨ ਕੋਟਾ ਪੋਸਟਾਂ ਨੂੰ ਸਿੱਧੀ ਭਰਤੀ ਕੋਟਾ ਪੋਸਟਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਤਾਂ ਜੋ ਕੋਵਿਡ ਮਹਾਮਾਰੀ ਵਿਰੁੱਧ ਜੰਗ ਨੂੰ ਮਜ਼ਬੂਤ ਕੀਤਾ ਜਾ ਸਕੇ ਕੈਬਨਿਟ ਵੱਲੋਂ ਸੁਪਰ ਸਪੈਸ਼ੈलिटी ਡਾਕਟਰਾਂ ਦੀਆਂ 80 ਅਜਈਆਂ ਪੋਸਟਾਂ ਡਾਕਟਰ ਕੇਕੇ ਤਲਵਾਰ ਕਮੇਟੀ ਰਾਹੀਂ ਭਰੇ ਜਾਣ ਨੂੰ ਮਨਜ਼ੂਰੀ ਦਿੱਤੀ ਗਈ ਇਸ ਤਰ੍ਹਾਂ ਇਹ ਪੋਸਟਾਂ ਹੁਣ ਪੀਪੀਐਸਸੀ ਦੇ ਘੇਰੇ ਤੋਂ ਬਾਹਰ ਹੋ ਜਾਣਗੀਆਂ ਪਿੰਡਾਂ ਵਿੱਚ ਲਾਲ ਲਕੀਰ ਦੇ ਅੰਦਰ ਆਉਣ ਵਾਲੀਆਂ ਜ਼ਾਇਦਾਦਾਂ ਨੂੰ ਸੰਕਲਿਤ ਕਰਨ ਲਈ ਮੰਤਰੀ ਮੰਡਲ ਨੇ ਦੀ ਆਬਾਦੀ ਦੇ ਰਿਕਾਰਡ ਆਫ ਰਾਈਟਸ ਨਿਯਮ 221 ਨੂੰ ਵੀ ਪ੍ਰਵਾਨਗੀ ਦਿੱਤੀ ਤਾਂ ਜੋ ਇਹਨਾਂ ਜائਦਾਦਾਂ ਸੰਬੰਧੀ ਪੈਦਾ ਹੋਣ ਵਾਲੇ ਝਗੜਿਆਂ ਨੂੰ ਨਿਪਟਾਇਆ ਜਾ ਸਕੇ ਮੰਤਰੀ ਮੰਡਲ ਨੇ ਕਾਨੂੰਨੀ ਮਸ਼ੀਰ ਦੇ ਖਰੜੇ ਨੂੰ ਪ੍ਰਵਾਨਗੀ ਦੇਣ ਉਪਰੰਤ ਅੰਤਿਮ ਪ੍ਰਵਾਨਗੀ ਲਈ ਮੁੱਖ ਮੰਤਰੀ ਨੂੰ ਅਧਿਕਾਰਿਤ ਕੀਤਾ ਹੈ ਇਸ ਦਾ ਉਦੇਸ਼ ਪੰਜਾਬ ਸਰਕਾਰ ਵੱਲੋਂ ਸਵਾਮਿਤਾਬ ਸਕੀਮ ਅਧੀਨ ਭਾਰਤ ਸਰਕਾਰ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਲਾਲ ਲਕੀਰ ਅੰਦਰ ਆਉਂਦੀਆਂ ਜائਦਾਦਾਂ ਦਾ ਰਿਕਾਰਡ ਤਿਆਰ ਕਰਨ ਵਿੱਚ ਸਹਾਇਤਾ ਕਰਨਾ ਹੈ ਤਾਂ ਜੋ ਲਾਲ ਲਕੀਰ ਮਿਸ਼ਨ ਨੂੰ ਲਾਗੂ ਕੀਤਾ ਜਾ ਸਕੇ